ਜੀ ਡਾਕਟਰ ਦਲੇਰ ਸਿੰਘ ਮੁਲਤਾਨੀ ਸਾਹਿਬ ਬੋਲ ਰਹੇ ਹੋ? ਬੋਲ ਰਿਹਾ ਜੀ। ਜੀ ਡਾਕਟਰ ਸਾਹਿਬ, ਥੋੜ੍ਹਾ ਸਮਾਂ ਚਾਹੀਦਾ ਸੀ ਤੁਹਾਡਾ। ਹਾਂਜੀ ਹਾਂਜੀ ਸਰ। ਜੀ ਡਾਕਟਰ ਸਾਹਿਬ, ਜਿਵੇਂ ਪੰਜਾਬ ਸਰਕਾਰ ਨੇ ਪਹਿਲਾਂ 600 ਯੂਨਿਟ ਮੁਫਤ ਬਿਜਲੀ ਯੋਜਨਾ ਚਲਾਈ ਤੇ ਵੱਡੀ ਗਿਣਤੀ 'ਚ ਲੋਕਾਂ ਦੇ ਜ਼ੀਰੋ ਬਿੱਲ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਹੁਣ ਸਰਕਾਰ ਸਾਰੀਆਂ ਦਵਾਈਆਂ, ਸਾਰਾ ਇਲਾਜ ਸਰਕਾਰੀ ਹਸਪਤਾਲਾਂ 'ਚ ਮੁਫਤ ਕਰਨ ਦੀ ਯੋਜਨਾ ਲਿਆਈ ਹੈ, ਕੀ ਕਹਿਣਾ ਚਾਹੋਗੇ? ਉਹਦੇ 'ਚ ਸਾਹਿਬ ਸਿੰਘ ਜੀ, ਇੱਕ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ 600 ਯੂਨਿਟ ਬਿਜਲੀ ਦੀਆਂ ਫ੍ਰੀ ਹੋਈਆਂ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਦੋ ਵਾਰੀ ਇਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਹੈਗੇ ਆ ਉਹ ਵਧਾਏ ਆ, ਜਿਹਦੇ 'ਚ ਜਿਨ੍ਹਾਂ ਦੀ 600 ਤੋਂ ਜ਼ਿਆਦਾ ਆਉਂਦੀ ਸੀ ਅਤੇ ਇੰਡਸਟਰੀ ਵਾਲੀ ਵੀ। ਇਹਦਾ ਮਤਲਬ ਚੀਜ਼ਾਂ ਤੁਹਾਡੀਆਂ ਮਹਿੰਗੀਆਂ ਹੋਈਆਂ, ਜਿਹੜਾ ਬਿੱਲ ਦੇ ਰਿਹਾ ਸੀਗਾ, ਮਤਲਬ ਜੋ ਕਾਨੂੰਨ ਨੂੰ ਮੰਨਦਾ ਉਹ ਜਿਹੜਾ ਹੈਗਾ ਸਜ਼ਾ ਭੁਗਤੇ, ਅਤੇ ਜਿਹੜਾ ਨਹੀਂ ਹੈਗਾ ਉਹ ਮੁਫ਼ਤ ਦੀਆਂ ਖਾਵੇ। ਪਹਿਲੀ ਗੱਲ ਤਾਂ ਇਹ ਸੀਗੀ। ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਮੈਂ ਆਪ ਪਿੰਡ ਦਾ ਰਹਿਣ ਵਾਲਾ, ਔਰ ਮੈਂ ਜਿਹੜਾ ਹੈਗਾ ਪਿਛਲੇ ਹਫ਼ਤੇ ਪਿੰਡ ਜਾ ਕੇ ਆਇਆ, 3 ਘੰਟੇ ਸਵੇਰੇ ਕੱਟ ਅਤੇ 3 ਘੰਟੇ ਸ਼ਾਮ ਨੂੰ, ਮਤਲਬ ਬਿਜਲੀ ਫ੍ਰੀ ਲੇਕਿਨ ਬਿਜਲੀ ਦੇਣੀ ਹੈ ਨਹੀਂ। ਅਤੇ ਇਹ ਜਿਹੜੇ ਜਿਹੜੀਆਂ ਜਦੋਂ ਆਪਾਂ ਫ੍ਰੀ ਮੈਡੀਸਿਨ ਦੀ ਜਾਂ ਟੈਸਟਾਂ ਦੀ ਗੱਲ ਕਰਦੇ ਹਾਂ, ਕਿਉਂਕਿ ਮੈਂ ਆਪ ਸਾਹਿਬ ਸਿੰਘ ਜੀ ਜਿਹੜੀ 33 ਸਾਲ ਗਵਰਨਮੈਂਟ ਨੌਕਰੀ ਕੀਤੀ ਹੈ, ਕਈ ਸਰਕਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਨਾਅਰੇ ਲਾ ਕੇ ਦੇਖੇ, ਲੇਕਿਨ ਇਹ ਕਦੀ ਵੀ ਕਾਮਯਾਬ ਨਹੀਂ ਹੋਏ। ਕਿਉਂਕਿ ਤੁਸੀਂ ਦੇਖੋ ਕਿ ਇੱਕ ਜਿਹੜੀ ਬੰਦੇ ਦਾ ਸਰੀਰ ਹੈ ਉਹਨੂੰ 30,000 ਬਿਮਾਰੀਆਂ ਲੱਗ ਸਕਦੀਆਂ ਨੇ, ਠੀਕ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਇਹ ਜਿਹੜੀਆਂ ਆਪਣੇ ਕੋਲ ਜਿਹੜੀਆਂ ਦਵਾਈਆਂ ਹੈਗੀਆਂ ਨੇ ਇਹਦੇ 8,000 ਦੇ ਕਰੀਬ ਸਾਲਟ ਨੇ, ਤੇ ਜਦੋਂ ਆਪਾਂ ਉਹਨਾਂ ਨੂੰ ਕੰਬਾਈਨ ਕਰਕੇ ਬਣਾਉਂਦੇ ਹਾਂ ਤੇ ਇਹ 1,00,000 ਬਣ ਜਾਂਦੇ ਆ, ਤੇ ਇਹ ਕਦੀ ਪੋਸੀਬਲ ਹੀ ਨਹੀਂ ਹੁੰਦਾ। ਔਰ ਦੂਸਰਾ ਇਹ ਹੈਗਾ ਕਿ ਜਿਹੜਾ ਇੱਕ ਆਪਰੇਸ਼ਨ ਕਰਦਾ ਹੈ ਉਹਦੇ ਤੇ 20,000 ਰੁਪਇਆ ਖਰਚ ਹੁੰਦਾ ਹੈ, ਤੇ ਸਰਕਾਰ ਦੇ ਕੋਲ ਤਾਂ ਪੈਰਾਸੀਟਾਮੋਲ ਦੇਣ ਗੋਲੀਆਂ ਨਹੀਂ ਹੈਗੀਆਂ, ਉਹਦੇ ਵਾਸਤੇ ਮੰਗਦੇ ਫਿਰਦੇ ਆ। ਤੁਸੀਂ ਦੇਖਿਆ ਕਿੰਨੇ ਤਰਲੇ ਮਾਰਦੇ ਪਏ ਆ ਹੁਣ ਸੈਂਟਰ ਗਵਰਨਮੈਂਟ ਦੇ ਕਿ ਸਾਡੇ ਉਹ ਪੈਸੇ ਜਿਹੜੇ ਰੋਕੇ ਹੋਏ ਆ ਉਹ ਦੇ ਦਿਓ। ਉਹਨਾਂ ਨੇ ਪੈਸੇ ਜਿਸ ਹਿਸਾਬ ਨਾਲ ਰੋਕੇ ਸੀਗੇ ਉਹ ਬਿਲਕੁਲ ਠੀਕ ਰੋਕੇ ਹੋਏ ਆ, ਕਿਉਂਕਿ ਜਿਹੜੇ ਆਯੁਸ਼ ਦਾ ਸੇਵਾ ਹੈਗੀ ਆ ਉਹ ਵੈਸੇ ਚਲੋ ਡਿਟੇਲ ਹੋ ਜਾਂਦੀ ਹੈ, ਮੈਂ ਉਹਦੇ 'ਚ ਨਹੀਂ ਜਾਂਦਾ। ਉਹਦੇ ਪੈਸੇ ਜਿਹੜੇ ਇਹਨਾਂ ਨੇ ਉਹਦੇ 'ਤੇ ਆਮ ਆਦਮੀ ਕਲੀਨਿਕ 'ਤੇ ਵਰਤਲੇ ਹੋਏ ਨੇ, ਅਤੇ ਆਮ ਆਦਮੀ ਕਲੀਨਿਕ ਨੂੰ ਚਲਾਉਣ ਵਾਸਤੇ ਤੁਸੀਂ ਲੋਕਾਂ ਕੋਲੋਂ ਮੰਗਦੇ ਫਿਰਦੇ ਹੋ, ਅਤੇ ਤੁਸੀਂ ਸਾਰੀਆਂ ਦਵਾਈਆਂ ਅਤੇ ਸਾਰੇ ਟੈਸਟ ਅਤੇ ਸਾਰੇ ਸਾਰੇ ਆਪਰੇਸ਼ਨ ਕਿਵੇਂ ਫ੍ਰੀ ਕਰ ਦੋਗੇ? ਇਹਦਾ ਮਤਲਬ ਲੋਕਾਂ ਨੂੰ ਸਿਰਫ ਅਤੇ ਸਿਰਫ ਮੁਫ਼ਤ ਬਿਜਲੀ ਦੀ ਤਰ੍ਹਾਂ ਇਹ ਮੂਰਖ ਬਣਾਇਆ ਜਾ ਰਿਹਾ ਹੈ। ਔਰ ਤੁਸੀਂ ਦੇਖੋ ਉਹਦੇ 'ਚ ਅਨਾਊਂਸ ਕਰਦੇ ਹੈ, ਮੁੱਖ ਮੰਤਰੀ ਜੀ ਅਨਾਊਂਸ ਕਰਦੇ ਹੈ ਕਿ ਜੇ ਹਸਪਤਾਲ 'ਚ ਦਵਾਈ ਨਾ ਮਿਲੀ ਤਾਂ ਡਾਕਟਰ ਜਾ ਕੇ ਦਵਾਈ ਲੈ ਕੇ ਆਊਗਾ ਬਾਹਰੋਂ। ਦੱਸੋ ਵੀ ਡਾਕਟਰ ਇਹ ਜਿਹੜੇ 3 ਕਰੋੜ ਹੈਗੇ ਨੇ ਉਹ ਡਾਕਟਰਾਂ ਨੇ ਜੰਮੇ ਹੋਏ ਹੈ, ਕਿਉਂ ਡਾਕਟਰ ਕਿਉਂ ਜਾਣਗੇ? ਕਲਾਸ 1 ਆਫੀਸਰ ਭਾਵੇਂ ਕਲਾਸ 4 ਵੀ ਹੋਵੇ ਉਹ ਕਿਉਂ ਦਵਾਈ ਲੈਣ ਬਾਹਰੋਂ ਜਾਊਗਾ? ਵੀ ਮਰੀਜ਼ ਆਇਆ ਜਾਂ ਤਾਂ ਤੁਸੀਂ ਹਸਪਤਾਲ 'ਚ ਦੇ ਦਿਓ, ਜਾਂ ਫਿਰ ਜੇ ਤੁਹਾਨੂੰ ਇੰਨੇ ਸ਼ੌਂਕ ਹੈਗਾ ਤੇ ਸਾਰੇ ਬਾਹਰ ਜਿਹੜੀਆਂ ਕੈਮਿਸਟ ਸ਼ੋਪਸ ਵਾਲੀਆਂ ਹੈਗੀਆਂ ਨੇ ਜਾਂ ਅੰਦਰ ਹੈਗੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਕਹੋ ਜੀ ਜਿਹੜੀ ਪਰਚੀ ਹਸਪਤਾਲ ਨੂੰ ਆਊਗੀ ਉਹਦੇ 'ਤੇ ਤੁਸੀਂ ਫ੍ਰੀ ਦੇਣੀ ਹੈ ਦਵਾਈ, ਅਸੀਂ ਸਾਰੀ ਦਿਆਂਗੇ। ਔਰ ਸਾਹਿਬ ਸਿੰਘ ਜੀ, ਤੁਸੀਂ ਇਸ ਗੱਲ 'ਤੇ ਹੈਰਾਨ ਹੋਵੋਗੇ ਕਿ ਆਹ ਜਿਹੜੀਆਂ ਮੇਰੇ ਵੱਲੋਂ ਅੱਜ ਵੀ ਇੱਕ ਟਾਈਟਲ ਜਿਹੜਾ ਹੈਗਾ ਉਹ ਲੈਬ ਟੈਸਟ ਦਾ ਲਿਖਿਆ ਹੋਇਆ ਸੀਗਾ ਕਿ ਉਹਨਾਂ ਨੂੰ ਇਹਨਾਂ ਨੇ ਪੈਸੇ ਨਹੀਂ ਸੀ ਦਿੱਤੇ, ਇਸ ਕਰਕੇ ਇਹਨਾਂ ਦੀਆਂ ਬੰਦ ਹੋ ਗਈਆਂ ਸੀਗੀਆਂ। ਇੱਥੋਂ ਤੱਕ ਸੀਗਾ ਕਿ PGI ਨੂੰ ਇਹਨਾਂ ਨੇ ਆਯੁਸ਼ ਦੇ ਪੈਸੇ ਨਹੀਂ ਸੀ ਦਿੱਤੇ, ਤੇ ਉਹ ਜਿਹੜਾ 5,00,000 ਵਾਲਾ ਕਾਰਡ ਹੁੰਦਾ ਨਾ ਉਹ ਵੀ ਇਹਨਾਂ ਦਾ ਬੰਦ ਹੋਇਆ। ਪ੍ਰਾਈਵੇਟ ਹਸਪਤਾਲ ਦੇ ਕਾਰਡ ਇਹਨਾਂ ਦੇ ਬੰਦ ਨੇ, PGI ਦੇ ਕਾਰਡ ਤੁਹਾਡੇ ਬੰਦ ਰਹੇ ਨੇ ਪਹਿਲਾਂ, ਭਾਵੇਂ ਬਾਅਦ 'ਚ ਇਹਨਾਂ ਨੇ ਜਿਹੜੇ ਹੈਗੇ ਧੱਕੇ ਧੁੱਕੇ ਖਾ ਕੇ ਸਟਾਰਟ ਕੀਤੇ। ਫਿਰ ਤੁਸੀਂ ਦੇਖੋ ਕਿ ਸਾਹਿਬ ਸਿੰਘ ਜੀ ਕਿ ਜਿਹੜੀਆਂ ਹੈਗੀਆਂ ਨੇ ਆਪਣੇ ਕੋਲ 1,800 ਦੇ ਕਰੀਬ ਸਰਕਾਰੀ ਹਸਪਤਾਲ ਨੇ, ਜਿਹਦੇ 'ਚ 1,186 ਅਸੀਂ ਮੰਨ ਕੇ ਚੱਲਦੇ ਹਾਂ ਸਾਡੀਆਂ ਡਿਸਪੈਂਸਰੀਆਂ ਨੇ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਵਿੱਚ, ਹੈ ਨਾ। ਫਿਰ 500 ਦੇ ਕਰੀਬ ਹੁੰਦੀਆਂ ਨੇ ਜਿਹਨਾਂ ਨੂੰ ਅਸੀਂ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਜਾਂ ਮਿੰਨੀ PHC ਕਹਿ ਦਿੰਦੇ ਹਾਂ। 100 ਦੇ ਕਰੀਬ ਸਾਡੇ ਕੋਲ ਸਬ ਡਿਵੀਜ਼ਨ ਹੋਸਪਿਟਲ ਨੇ,
ਤੇ 23 ਡਿਸਟ੍ਰਿਕਟ ਹਸਪੀਟਲ ਦੇ ਛੋਟੇ ਮੋਟੇ ਥੋੜੇ ਹੋਰ ਮਿਲਾ ਕੇ ਤਕਰੀਬਨ 1800 ਦੇ ਕਰੀਬ ਬੰਦੇ ਨੇ। ਕਹਿੰਦੇ ਐ ਜੀ ਉਹਦੇ ਚੋਂ ਕਿ ਐਕਸਰੇ ਅਲਟਰਾਸਾਊਂਡ ਤੁਹਾਡੇ ਫ੍ਰੀ ਹੋਇਆ ਕਰਨਗੇ। ਤੋ ਯਾਰ ਅਲਟਰਾਸਾਊਂਡ ਤੁਹਾਨੂੰ ਪਤਾ ਹੈ ਕਿ ਕਈ ਥਾਵਾਂ ਤੇ ਤਾਂ ਡਿਸਟ੍ਰਿਕਟ ਹਸਪੀਟਲ ਚ ਤੁਹਾਨੂੰ ਡਾਕਟਰ ਨਹੀਂ ਮਿਲਦਾ। ਤੁਸੀਂ ਇੱਕ ਡਿਸਪੈਂਸਰੀ ਦੇ ਵਿੱਚ ਕਿਵੇਂ ਕਹਿ ਸਕਦੇ ਹੋ ਕਿ 1800 ਵਿੱਚ ਤੁਹਾਨੂੰ ਜਿਹੜੀ ਹੈਗੀ ਆ ਉਹ ਅਲਟਰਾਸਾਊਂਡ ਹੋ ਜਾਣਗੇ। ਫਿਰ ਐਕਸਰੇ ਮਸ਼ੀਨਾਂ, ਐਕਸਰੇ ਮਸ਼ੀਨ ਡਿਸਪੈਂਸਰੀ ਚ ਕਦੀ ਤੁਸੀਂ ਐਕਸਰੇ ਮਸ਼ੀਨ ਦੇਖੀ ਹੈ? ਕਦੀ ਨਹੀਂ ਹੁੰਦੀ। ਜੀ ਅਲਟਰਾਸਾਊਂਡ ਜਿਹੜੇ PSC ਦੇ ਵਿੱਚ ਨਹੀਂ ਹੁੰਦੇ ਕਦੀ ਵੀ। ਅਲਟਰਾਸਾਊਂਡ ਜਿਹੜੇ ਹੈਗੇ ਨੇ ਉਹ ਵੱਧ ਤੋਂ ਵੱਧ ਸਿਵਲ ਹਸਪੀਟਲ ਜ਼ਿਲ੍ਹੇ ਵਾਲੇ ਤੇ ਜਿਹੜੇ ਸਬ ਡਿਵੀਜ਼ਨਲ ਹਸਪੀਟਲ ਵਾਲੇ ਤੇ ਕਦੀ ਕਿਤੇ ਕਿਤੇ ਕਮਿਊਨਿਟੀ ਹੈਲਥ ਸੈਂਟਰ ਕਿਤੇ ਕਿਤੇ। ਸੋ ਟੋਟਲ ਮਿਲਾ ਕੇ 2000 ਦੇ ਵਿੱਚੋਂ 200 ਦੇ ਵਿੱਚ ਵੀ ਨਹੀਂ ਅਲਟਰਾਸਾਊਂਡ ਹੈਗੇ। ਤੇ ਇਹ ਕਹੀ ਜਾਂਦੇ ਸਾਰਿਆਂ ਦੇ ਅਸੀਂ ਅਲਟਰਾਸਾਊਂਡ ਜਿਹੜੇ ਹੈਗੇ ਨੇ ਉਹ ਫ੍ਰੀ ਕਰਿਆ ਕਰਾਂਗੇ। ਦੱਸੋ ਇੰਨਾ ਵੀ ਬੇਵਕੂਫ ਨਹੀਂ ਨਾ ਬਣਾਉਣਾ ਚਾਹੀਦਾ ਲੋਕਾਂ ਨੂੰ ਵਿੱਚ ਜਿਹੜੀ ਹੈਗੀ ਹੈ। ਤੁਸੀਂ ਦੇਖਿਓ ਇਹਨਾਂ ਦੇ 15x20 ਦੇ ਆਮ ਆਦਮੀ ਕਲੀਨਿਕ ਬਣੇ ਹੋਏ ਨੇ ਤੇ ਉਹਦੇ 'ਚ ਕਹਿੰਦੇ ਸਾਡੇ ਐਕਸਰੇ ਫ੍ਰੀ ਹੁੰਦੇ ਨੇ। ਲਓ ਜੀ ਉਹਦੇ 'ਚ ਬੰਦਾ ਨਹੀਂ ਬੈਠ ਸਕਦਾ, ਉਹਦੇ 'ਚ ਐਕਸਰੇ ਫ੍ਰੀ ਕਿੱਥੋਂ ਹੋ ਜਾਣਾ? ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਜੀ ਪੰਜਾਬ ਦੇ ਕਹਿ ਰਹੇ ਨੇ। ਔਰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਹੋ ਰਹੀ ਉਹ ਹੈਲਥ ਨਾਲ ਰਿਲੇਟਡ ਹੈ। ਕੱਲ ਇਹਨਾਂ ਨੇ ਜਿਹੜੀ ਹੈਗੀ ਹੈ ਇੱਕ ਤਾਂ ਅਨਾਊਂਸਮੈਂਟ ਕੀਤੀ ਹੈ ਕਿ ਮੇਰੀ ਵਾਈਫ 7 ਮਹੀਨੇ ਦੀ ਪ੍ਰੈਗਨੈਂਟ ਹੈਗੀ ਹੈ ਤੇ ਅਸੀਂ ਟੈਸਟ ਨਹੀਂ ਕਰਾਇਆ ਕਿ ਮੁੰਡਾ ਹੈ ਕਿ ਕੁੜੀ ਹੈ। ਜਦੋਂ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਗਰਭ ਦੇ ਵਿੱਚ ਟੈਸਟ ਕਰਵਾ ਹੀ ਨਹੀਂ ਸਕਦੇ ਸਾਹਿਬ ਸਿੰਘ ਜੀ। ਉਹਦੇ 'ਚ PCPNDT ਐਕਟ ਦੇ ਵਿੱਚ ਨੋਨ ਅਵੇਲੇਬਲ ਜਿਹੜਾ ਹੈਗਾ ਜੁਰਮ ਹੈ ਇਹ। ਤੇ ਇਹਦਾ ਮਤਲਬ ਹੈਗਾ ਕਿ ਮੁੱਖ ਮੰਤਰੀ ਨੂੰ ਇਹ ਨਹੀਂ ਪਹਿਲਾਂ ਤੇ ਪਤਾ ਹੀ ਨਹੀਂ। ਦੂਸਰਾ ਇਹ ਹੈਗਾ ਕਿ ਦੂਜਿਆਂ ਨੂੰ ਕਹਿ ਰਹੇ ਨੇ ਵੀ ਜੇ ਕਰਾਉਣਾ ਹੋਵੇ ਤੇ ਕਰਾ ਲਈ ਤਾਂ ਮੈਂ ਬਹੁਤ ਮਹਾਨ ਹਾਂ ਪੇ ਮੈਂ ਇਸ ਕਰਕੇ ਨਹੀਂ ਕਰਾਇਆ। ਮਤਲਬ ਇੰਨਾ ਜ਼ਿਆਦਾ ਮੂਰਖਤਾ ਜਿਹੜੀ ਹੈਗੀ ਹੈ ਉਹ ਸ਼ਾਇਦ ਮੇਰੀ ਵੀ ਹੁਣ 62 ਸਾਲ ਦੀ ਉਮਰ ਹੋ ਗਈ ਹੈ ਮੈਂ ਤਾਂ ਕਦੀ ਕਿਸੇ ਮੁੱਖ ਮੰਤਰੀ ਦੇ ਮੂੰਹ ਨਹੀਂ ਸੁਣਿਆ ਕਿ ਡਾਕਟਰਾਂ ਕੋਲ ਤੂੰ ਦਵਾਈਆਂ ਲਿਆ ਕੇ ਦੇਗਾ ਆਪ ਤੂੰ ਕਹਿੰਦਾ ਮੈਨੇ ਟੈਸਟ ਨਹੀਂ ਕਰਵਾਇਆ ਜੀ ਜੇ ਟੈਸਟ ਕਰਵਾ ਸਕਦੇ ਹੋ ਡਿਸਪੈਂਸਰੀ ਦੇ ਵਿੱਚ ਤੁਸੀਂ ਐਕਸਰੇ ਮਸ਼ੀਨਾਂ ਲਾਉਂਦੇ ਪਏ ਹੋ ਅਲਟਰਾਸਾਊਂਡ ਦੀਆਂ ਮਸ਼ੀਨਾਂ ਲਾਉਂਦੇ ਪਏ ਹੋ ਜਿਹੜੀਆਂ 30,000 ਬਿਮਾਰੀਆਂ ਜਿਹੜੀਆਂ ਉਹਦੀਆਂ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਡਿਸਪੈਂਸਰੀ 'ਚ ਦਵਾਈਆਂ ਦੇ ਦਿਓਗੇ। ਸਿਵਲ ਹਸਪਿਟਲਾਂ ਦੇ ਵਿੱਚ ਜਿਹੜੀ ਹੈਗੀ ਆ ਤੁਹਾਡੀਆਂ ਟੁੱਟੀਆਂ ਅਲਮਾਰੀਆਂ ਪਈਆਂ ਹੋਈਆਂ ਨੇ, ਐਂਬੂਲੈਂਸ ਤੁਹਾਡੀ ਕੋਈ ਨਹੀਂ ਚੱਲਦੀ, ਉਹਦੀ ਫੂਕ ਨਿਕਲੀ ਹੋਈ, ਸਾਰਾ ਸਟਾਫ ਤੁਹਾਡਾ ਸੜਕਾਂ ਕਿਨਾਰੇ ਬੈਠਾ ਹੋਇਆ, ਡਾਕਟਰ ਸਾਹਿਬ ਤੁਸੀਂ ਸਿਵਲ ਸਰਜਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਇੱਕ ਸਵਾਲ ਹੈ ਕਿ ਪੰਜਾਬ ਦੇ ਹਸਪਤਾਲਾਂ 'ਚ ਰੋਗ ਮੁਤਾਬਕ ਯੋਗ ਡਾਕਟਰਾਂ ਦੀ ਸੰਖਿਆ ਪੂਰੀ ਹੈ? ਨਾ ਨਾ ਉਹ ਤਾਂ ਵੈਸੇ ਵੀ ਸਾਹਿਬ ਸਿੰਘ ਜੀ ਹੈ ਨਹੀਂ ਨਾ, ਕਿਉਂਕਿ ਇਹ ਮੰਨਿਆ ਗਿਆ ਜਿਹੜਾ WHO ਨੇ ਸਟੈਂਡਰਡ ਬਣਾਏ ਹੋਏ ਨੇ ਉਹਦੇ ਮੁਤਾਬਕ ਹੈਗਾ ਕਿ ਜਿਵੇਂ ਜਿਹੜੇ ਡਿਵੈਲਪ ਕੰਟਰੀਜ਼ ਹੈਗੀਆਂ ਨੇ ਜਦੋਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ ਜਾਂ ਕੈਨੇਡਾ ਦੀ ਗੱਲ ਕਰਦੇ ਹਾਂ ਜਾਂ ਇੰਗਲੈਂਡ ਦੀ ਗੱਲ ਕਰਦੇ ਹਾਂ ਫਰਾਂਸ ਦੀ ਗੱਲ, ਉੱਥੇ ਹੈਗਾ ਕਿ 250 ਤੋਂ 300 ਪਿੱਛੇ ਇੱਕ ਕੁਆਲੀਫਾਈਡ ਡਾਕਟਰ ਹੈ। ਆਪਣੇ ਕੋਲ ਇਸ ਵਕਤ ਇੰਡੀਆ ਦੇ ਵਿੱਚ 11,000 ਪਿੱਛੇ ਇੱਕ ਕੁਆਲੀਫਾਈਡ ਡਾਕਟਰ ਹੈ। ਸੋ ਇਹ ਜਿਹੜੀਆਂ ਸਰਵਿਸ ਹੈਗੀਆਂ ਨੇ ਤੇ ਕਿਤੇ ਪੂਰੇ ਮੈਂ ਇੱਕ ਨਾ ਵਰਲਡ ਵਿੱਚ ਯੂਜ਼ ਕੀਤਾ ਹੈ CHC ਉਹ ਕਮਿਊਨਿਟੀ ਹੈਲਥ ਸੈਂਟਰ, ਉਹਦੇ 'ਚ 4 ਸਪੈਸ਼ਲਿਸਟ ਡਾਕਟਰਾਂ ਦੀ ਪੋਸਟ ਹੋਣੀ ਸੀ ਪੰਜਾਬ ਦੇ ਵਿੱਚ ਤਕਰੀਬਨ 150 ਦੇ ਕਰੀਬ ਨੇ, ਉਹਦੇ 'ਚ ਸ਼ਾਇਦ 5-7 ਹੋਣਗੀਆਂ ਜਿੱਥੇ ਕਿਤੇ ਕੋਈ ਇੱਕ ਅੱਧਾ ਸਪੈਸ਼ਲਿਸਟ ਡਾਕਟਰ ਹੋਗਾ, ਨਹੀਂ ਤਾਂ ਬਾਕੀ ਜਿਹੜੇ 150 ਉਹਦੇ 'ਚ ਤਾਂ ਹੈ ਹੀ ਨਹੀਂ, ਉਹਦੇ 'ਚ ਸਪੈਸ਼ਲਿਸਟ ਡਾਕਟਰ ਹੀ ਨਹੀਂ। ਤੁਸੀਂ ਜਿਹੜਾ ਸਵਾਲ ਪੁੱਛਦੇ ਪਏ ਹੋ ਸਪੈਸ਼ਲ ਡਾਕਟਰ ਉਹਨਾਂ ਨੂੰ ਚਲਾਉਂਦੇ ਆ ਵਿੱਚ। ਸਿਵਲ ਹਸਪੀਟਲ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰੇ ਡਾਕਟਰਸ ਜਿਹੜੇ ਹੈਗੇ ਆ ਉਹ ਮਿਸਿੰਗ ਹੈ, ਸਬ ਡਿਵੀਜ਼ਨਲ ਹਸਪੀਟਲ ਦੇ ਵਿੱਚ ਮਿਸਿੰਗ ਹੈ, ਡਿਸਪੈਂਸਰੀਆਂ ਆਪਣੀਆਂ ਖਾਲੀ ਪਈਆਂ ਹੋਈਆਂ, PSC ਖਾਲੀ ਪਈਆਂ ਹੋਈਆਂ ਵਿੱਚ ਕਾਫੀ ਜ਼ਿਆਦਾ। ਇਹ ਕੈਡਰ ਜਿਹੜਾ ਹੈਗਾ ਇਹਨੂੰ ਆਪਾਂ ਕੈਡਰ ਕਹਿੰਦੇ ਹਾਂ, ਜਿਹੜਾ ਸਾਡਾ ਕੈਡਰ ਹੈ ਇਹ ਸਾਹਿਬ ਸਿੰਘ ਜੀ 4,000 ਦੇ ਕਰੀਬ ਹੈ, ਜਿਹੜਾ ਕਿ 1980 ਚ ਵੀ ਉਹੀ ਸੀ ਤੇ ਹੁਣ 2023 ਹੈ ਉਹਦੇ ਚ ਵੀ ਇਹੀ ਹੈ, ਜਦੋਂ ਕਿ ਆਪਣੀ ਪਾਪੂਲੇਸ਼ਨ 1980 ਦੇ ਮੁਕਾਬਲੇ ਚ ਹੁਣ ਡਬਲ ਹੋ ਚੁੱਕੀ ਹੈ।
ਇਹਦੇ ਪੋਸਟਾਂ ਤਾਂ ਪੂਰੀਆਂ ਹੈ ਹੀ ਨਹੀਂ, ਕਿਤੇ ਵੀ ਨਹੀਂ ਹੈ। ਜੀ, ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਹਸਪਤਾਲਾਂ 'ਚ ਭ੍ਰਿਸ਼ਟਾਚਾਰ ਦੀਆਂ ਖਬਰਾਂ ਵੇਖਣ ਸੁਣਨ ਨੂੰ ਇਹ ਵੀ ਮਿਲਦਾ ਹੈ, ਇਹ ਵੀ ਇੱਕ ਪੱਖ ਹੈ, ਬਾਹਰੋਂ ਦਵਾਈਆਂ ਮਹਿੰਗੀਆਂ ਮਿਲਦੀਆਂ ਨੇ, ਫਿਰ ਇਹਨਾਂ ਤੇ ਲਗਾਮ ਕਿਵੇਂ ਲੱਗੇਗੀ? ਜਿਵੇਂ ਦਵਾਈਆਂ ਬਾਹਰੋਂ ਮਹਿੰਗੀਆਂ ਮਿਲਦੀਆਂ ਨੇ, ਜਨ ਔਸ਼ਧੀ ਸੈਂਟਰ ਨੇ ਅੰਦਰ ਇੱਕ ਦਵਾਈ ਹੈ, ਉਸਦਾ ਨਾਮ ਸਾਨੂੰ ਸਧਾਰਨ ਤੌਰ ਤੇ ਹੁੰਦਾ, ਜਿਹੜਾ ਉਸਦਾ ਸਾਲਟ ਵਗੈਰਾ ਉਹ ਤੁਸੀਂ ਜਾਣਦੇ ਹੋ, ਜਿਵੇਂ ਮੌਂਟੀ ਇਫੈਕਟ ਹੈ, ਐਲਰਜੀ ਨਾਲ ਸੰਬੰਧਿਤ ਹੈ, ਹਾਂਜੀ ਉਹ ਹਾਂਜੀ ਬਾਹਰ ਤੋਂ 170 ਰੁਪਏ ਦੇ ਲਗਭਗ ਪੱਤਾ, ਜਿਹੜਾ ਕਿ ਜਨ ਔਸ਼ਧੀ ਕੇਂਦਰ ਤੇ 40-45 ਰੁਪਏ ਦੇ ਵਿਚਕਾਰ ਮਿਲ ਰਿਹਾ। ਤੇ ਪਿਛਲੇ ਦਿਨ ਇਸ ਤਰ੍ਹਾਂ ਹੀ ਸਾਨੂੰ ਇੱਕ ਮਰੀਜ਼ ਮਿਲਿਆ ਕਾਲੇ ਪੀਲੀਏ ਨਾਲ ਸੰਬੰਧਿਤ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਸਰਕਾਰੀ ਹਸਪਤਾਲ ਚੋਂ ਇਲਾਜ ਕਰਵਾ ਚੱਲ ਰਿਹਾ ਉਹਨਾਂ ਦਾ, ਤੇ ਉਹਨਾਂ ਨੂੰ ਕੋਈ 12,000 ਰੁਪਏ ਦੇ ਲਗਭਗ ਕੀਮਤ ਵਾਲੀ ਇੱਕ ਡੱਬੀ ਹੈ ਜਿਹੜੀ 6 ਮਹੀਨੇ ਖਾਣ ਲਈ ਕਿਹਾ ਗਿਆ, ਤੇ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਉਹ ਮੁਹੱਈਆ ਵੀ ਕਰਵਾਈ ਗਈ ਹਸਪਤਾਲ ਦੇ ਵਿੱਚ। ਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਵੀ ਗੱਲਾਂ ਵੇਖਣ ਸੁਣਨ ਨੂੰ ਮਿਲਦੀਆਂ ਨੇ, ਇਹ ਦੋਵੇਂ ਤੇ ਤੁਹਾਡਾ ਕੀ ਵਿਊ ਹੈ? ਦੇਖੋ ਇਸ ਤਰ੍ਹਾਂ ਹੈਗਾ ਸਾਹਿਬ ਸਿੰਘ ਜੀ, ਭ੍ਰਿਸ਼ਟਾਚਾਰ ਵਾਲੀ ਗੱਲ ਜਿਹੜੀ ਹੈ ਇਹ ਬਿਲਕੁਲ ਸੱਚੀ ਹੈਗੀ ਹੈ, ਇਸ ਤੋਂ ਕੋਈ ਨਹੀਂ ਮੁੱਕਰ ਸਕਦਾ। ਜੇ ਕੋਈ ਮੁੱਕਰਦਾ ਤੇ ਇਹਦਾ ਮਤਲਬ ਉਹ ਗਲਤ ਗੱਲ ਕਹਿ ਰਿਹਾ, ਠੀਕ ਹੈ। ਉਹ ਕਿਸ ਕਿਸ ਲੈਵਲ ਦੀ ਹੈਗੀ ਹੈ, ਕਿੱਥੇ ਕਿੱਥੇ ਹੈਗੀ ਹੈ, ਇਹ ਭਾਵੇਂ ਵੱਖਰਾ ਵੱਖਰਾ ਹੈਗਾ ਕਿ ਕਿਹੜੇ ਹਸਪਤਾਲ 'ਚ ਕਿੰਨੀ ਕੁ ਚੱਲਦੀ ਹੈ ਤੇ ਕਿਹੜੇ ਹਸਪਤਾਲ 'ਚ ਕਿੰਨੀ ਘੱਟ ਚੱਲਦੀ ਹੈ, ਠੀਕ ਹੈ। ਕਿਹੜਾ ਡਾਕਟਰ ਕਿੰਨਾ ਭ੍ਰਿਸ਼ਟਾਚਾਰ ਕਰਦਾ ਤੇ ਕਿਹੜਾ ਘੱਟ ਕਰਦਾ, ਲੇਕਿਨ ਭ੍ਰਿਸ਼ਟਾਚਾਰ ਤੋਂ ਅਸੀਂ ਮੁੱਕਰ ਨਹੀਂ ਸਕਦੇ। ਮੈਂ ਆਪ 33 ਸਾਲ ਨੌਕਰੀ ਕੀਤੀ ਹੈ, ਇਹਦੇ 'ਚ ਕੋਈ ਡਿਨਾਈ ਨਹੀਂ ਸਕਦਾ। ਦੂਸਰੀ ਗੱਲ ਹੈ ਜਿਹੜੀ ਤੁਹਾਡੀ ਇਹ ਹੈਗੀ ਹੈ ਕਿ ਜਨ ਔਸ਼ਧੀ ਵਾਲੀ, ਜਨ ਔਸ਼ਧੀ ਦਾ ਜਿਹੜਾ ਰੌਲਾ ਹੈਗਾ ਜਾਂ ਉਹਦੇ 'ਚ ਨਾ ਫਿਰ ਉਹ ਜੈਨਰਿਕ ਦੀਆਂ ਗੱਲਾਂ ਕਰਦੇ ਆ, ਇਹ ਕਾਫੀ ਲੰਬਾ ਡਿਬੇਟ ਹੈ ਕਿ ਜੈਨਰਿਕ ਮੈਡੀਸਿਨ ਹੁੰਦੀ ਕੀ ਹੈ ਤੇ ਉਹ ਕਿਵੇਂ ਕਿਵੇਂ ਅਵੇਲੇਬਲ ਹੈ ਤੇ ਕਿੱਥੇ ਕਿੱਥੇ। ਉਹਦੇ 'ਚ ਜਨ ਔਸ਼ਧੀ ਜਿਹੜੀ ਇਹਨਾਂ ਦੀਆਂ ਬਹੁਤ ਸਾਰੇ ਥਾਵਾਂ 'ਤੇ ਪ੍ਰੋਪਰ ਨਹੀਂ ਸੀ ਚੱਲੀਆਂ, ਕਿਉਂਕਿ ਮੈਂ ਇੱਕ ਇਨਕੁਆਇਰੀ ਵੀ 2015-14 ਦੇ ਵਿੱਚ ਸਰਕਾਰ ਕੋਲ ਪਾਈ ਸੀ। ਉਹਦੇ 'ਚ ਇਹ ਆਇਆ ਸੀਗਾ ਕਿ ਕਈ ਦਵਾਈਆਂ ਜਿਹੜੀਆਂ ਜਨ ਔਸ਼ਧੀ 'ਤੇ ਬਾਹਰ ਤੋਂ ਵੀ ਮਹਿੰਗੀਆਂ ਮਿਲਦੀਆਂ ਨੇ। ਦੂਸਰਾ ਉਹਦੇ 'ਚ ਇਹ ਸੀਗਾ ਕਿ ਸਾਰੀਆਂ ਦਵਾਈਆਂ ਜਨ ਔਸ਼ਧੀ ਤੋਂ ਨਹੀਂ ਮਿਲਦੀਆਂ। ਫਿਰ ਉਹ ਹੁੰਦਾ ਕੀ ਹੈ ਕਿ ਮਰੀਜ਼ ਕਹਿੰਦਾ ਜਿੱਥੋਂ ਮੈਂ ਇੱਕ ਲੈਣੀ ਹੈ ਫਿਰ ਮੈਂ ਬਾਕੀ ਦੀਆਂ ਵੀ ਸਾਰੀਆਂ ਲਵਾਂਗਾ। ਤੀਸਰੀ ਗੱਲ ਜਿਹੜੀ ਹੈਗੀ ਹੈ ਕਿ ਕੁਛ ਮੈਡੀਸਿਨ ਜੈਨਰਿਕ ਵਾਲੀਆਂ ਸਸਤੀਆਂ ਹੈਗੀਆਂ ਨੇ, ਲੇਕਿਨ ਉਹ ਕਿੰਨੀਆਂ ਕੁ ਇਫੈਕਟਿਵ ਨੇ, ਕਿਵੇਂ ਦੀਆਂ ਹੁੰਦੀਆਂ ਨੇ, ਇਹ ਕਾਫੀ ਲੰਬਾ ਡਿਬੇਟ ਹੈ। ਇਹ ਮੇਰੇ ਖਿਆਲ ਇੰਨਾ ਸ਼ੋਰਟ ਨਹੀਂ ਹੋਇਆ ਆਪਾਂ ਇੱਕ ਗੱਲ ਇਹ 'ਚ ਕਹਿ ਸਕੀਏ। ਤੇ ਮੈਡੀਸਿਨ ਦਾ ਰੇਟ ਵੱਖਰਾ ਵੱਖਰਾ ਹੈਗਾ, ਇਸ ਗੱਲ ਤੋਂ ਕੋਈ ਨਹੀਂ ਮੁੱਕਰ ਸਕਦਾ, ਲੇਕਿਨ ਇਸ ਦਾ ਹੱਲ ਇਹ ਹੈਗਾ ਕਿ ਅਗਰ ਸਰਕਾਰ ਇੱਕ ਸਾਲ ਦਾ ਇੱਕ ਰੇਟ ਜਿਹੜਾ ਹੈਗਾ ਉਹ ਥਰੋਟ ਇੰਡੀਆ ਰੱਖ ਦੇਵੇ ਤੇ ਸ਼ਾਇਦ ਫਿਰ ਕੁਛ ਜਿਹੜਾ ਹੈਗਾ ਇਹ ਸੌਖਾ ਹੋ ਸਕਦਾ, ਕਿਉਂਕਿ ਇਹਦੇ 'ਤੇ ਨਾ ਮੇਰੇ ਵੱਲੋਂ ਕਾਫੀ ਵਾਰੀ ਇੱਕ ਆਰਟੀਕਲ ਲਿਖਿਆ ਗਿਆ। ਪਰ ਇਹ ਮੰਨਣਾ ਪਏਗਾ ਸਾਹਿਬ ਸਿੰਘ ਜੀ ਕਿ ਇਹ ਬਹੁਤ ਵੱਡਾ ਮਾਫੀਆ ਹੈਗਾ ਫਾਰਮਾਸਿਊਟੀਕਲ ਦਾ, ਦਵਾਈਆਂ ਵਾਲਾ। ਮੰਨਿਆ ਇਹ ਗਿਆ ਕਿ ਸ਼ਾਇਦ ਵਰਲਡ ਦਾ ਸਭ ਤੋਂ ਵੱਡਾ ਮਾਫੀਆ ਜਿਹੜਾ ਹੈਗਾ ਉਹ ਦਵਾਈਆਂ ਵਾਲਾ ਹੀ ਹੈ, ਤੇ ਜਿਹਦੇ 'ਚ ਕਾਰਨ ਕਈ ਸਾਰੇ ਹੈਗੇ ਆ। ਇਸ ਕਰਕੇ ਮੈਂ ਕਿਹਾ ਕਿ ਮੈਂ ਇਸ ਗੱਲ ਤੋਂ ਮੁੱਕਰਦਾ ਵੀ ਨਹੀਂ, ਔਰ ਮਰੀਜ਼ਾਂ ਦੀ ਲੁੱਟ ਹੁੰਦੀ ਹੈ ਗੱਲ ਤੋਂ ਵੀ ਨਹੀਂ ਮੁੱਕਰਦਾ, ਡਾਕਟਰ ਭ੍ਰਿਸ਼ਟਾਚਾਰ ਕਰਦੇ ਨਹੀਂ ਮੁੱਕਰਦਾ, ਲੇਕਿਨ ਸਰਕਾਰ ਇਹਨਾਂ ਸਾਰਿਆਂ ਦੇ ਉੱਤੇ ਸਭ ਤੋਂ ਵੱਡੀ ਬੇਈਮਾਨ ਜਿਹੜੀ ਹੈਗੀ ਆ ਉਹ ਹੈਗੀ ਆ ਸਰਕਾਰ, ਇਹਨਾਂ ਸਾਰਿਆਂ ਦੇ ਉੱਪਰ ਦੀ ਆ ਉਹ। ਸੋ ਮੇਰੇ ਖਿਆਲ ਤੁਹਾਡੇ 3 ਸਵਾਲਾਂ ਦਾ ਜਵਾਬ ਆ ਗਿਆ। ਕੋਈ ਡਾਕਟਰ ਸਾਹਿਬ ਇੱਕ ਚੱਲਦੇ ਚੱਲਦੇ ਹੋਰ ਜਾਣਕਾਰੀ ਲੈਣੀ ਚਾਹਾਂਗੇ, ਜਿਸ ਤਰ੍ਹਾਂ ਤੁਹਾਡੀਆਂ ਲਿਖਤਾਂ ਨੇ ਲਗਾਤਾਰ ਤੁਸੀਂ ਲਿਖਦੇ ਰਹਿੰਦੇ ਹੋ, ਉਹਨਾਂ ਦੇ ਵਿੱਚ ਪੰਜਾਬੀ ਸ਼ੁੱਧ ਪੰਜਾਬੀ ਲਿਖਣ ਦੀ ਲਗਭਗ ਪੂਰੀ ਕੋਸ਼ਿਸ਼ ਹੁੰਦੀ ਹੈ ਤੇ ਬਹੁਤ ਹੀ ਬਾਕਮਾਲ ਹੁੰਦੀ ਹੈ। ਜਦੋਂ ਕਿ ਜਿਹੜੇ ਪੰਜਾਬ ਦੇ ਵਿੱਚ ਬਹੁਤ ਸਨਮਾਨਯੋਗ ਹਸਤੀਆਂ ਨੇ, ਬੜੇ ਚੰਗੇ ਸੂਝਵਾਨ ਡਾਕਟਰ ਸਾਹਿਬਾਨ ਨੇ ਜਿਹੜੇ ਬਹੁਤ ਹੀ ਨੇਕ ਇਰਾਦਿਆਂ ਨਾਲ ਆਪਣੀ ਸੇਵਾਵਾਂ ਵੀ ਨਿਭਾ ਰਹੇ ਨੇ, ਪਰ ਅਕਸਰ ਹੀ ਉਹਨਾਂ ਦੀ ਗੱਲਬਾਤ ਤੇ ਉਹਨਾਂ ਦਾ ਜਿਹੜੀ ਲਿਖਣੀ ਹੈ ਉਹ ਇੰਗਲਿਸ਼ ਦੇ ਵਿੱਚ ਵੇਖਣ ਨੂੰ ਜ਼ਿਆਦਾਤਰ ਮਿਲਦੀ ਹੈ, ਤੇ ਤੁਸੀਂ ਪੰਜਾਬੀ ਨੂੰ ਸ਼ੁੱਧ ਸ਼ਬਦਾਂ 'ਚ, ਨਹੀਂ ਤਾਂ ਇੱਕ ਰਿਟਾਇਰ ਸਿਵਲ ਸਰਜਨ ਹੋਣ ਦੇ ਨਾਤੇ ਤੁਸੀਂ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਵੱਡੇ ਅਦਾਰੇ ਨੇ ਸੋਸ਼ਲ ਮੀਡੀਆ ਦੇ ਹੋਣ ਜਾਂ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ ਦਾ, ਤੁਸੀਂ ਉੱਥੇ ਵੀ ਆਪਣੀਆਂ ਸੇਵਾਵਾਂ ਦੇ ਸਕਦੇ ਹੋ,
ਤੇ ਸ਼ਾਇਦ ਜੇ ਅਸੀਂ ਗਲਤ ਨਾ ਆਈਏ ਤੇ ਉੱਥੇ ਹੱਥੋਂ ਹੱਥੀ ਤੁਹਾਡੀਆਂ ਸੇਵਾਵਾਂ ਲਈਆਂ ਜਾਣਗੀਆਂ ਜੇਕਰ ਇੰਗਲਿਸ਼ ਨੂੰ ਤੁਸੀਂ ਉਹ ਕਰਦੇ ਹੋ ਤਾਂ ਇਹ ਪੰਜਾਬੀ ਦਾ ਨਾਲ ਜੁੜੇ ਰਹਿਣਾ, ਇਹ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਜੀ, ਮੈਂ ਪੰਜਾਬ ਦਾ ਰਹਿਣ ਵਾਲਾ ਤੇ ਪਿੰਡ ਦਾ ਰਹਿਣ ਵਾਲਾ, ਮੈਂ ਸਾਰਾ ਉਤਰਾਅ ਚੜ੍ਹਾਅ ਜਿਹੜੇ ਹੈਗੇ ਨੇ ਉਹ ਆਪਣੇ ਦੇਖੇ ਹੋਏ ਆ। ਤੂੰ ਮੰਮੀ ਦੀ ਬਜਾਏ ਬੇਬੇ ਕਹਿਣ 'ਚ ਜਿਹੜਾ ਹੈਗਾ ਕੋਈ ਹੈਜੀਟੇਸ਼ਨ ਨਹੀਂ ਹੈ। ਇਹ ਸਾਡੇ ਡਾਕਟਰਾਂ ਦੀ ਇੱਕ ਬਹੁਤ ਵੱਡੀ ਇੱਕ ਇਹ ਤਰਾਸਦੀ ਹੈ ਕਿ ਮੁੰਡੇ ਜਿੰਨੇ ਕੁੜੀਆਂ ਬਹੁਤੇ ਸਾਰੇ ਸ਼ਹਿਰਾਂ ਦੇ ਪੜ੍ਹੇ ਹੋਏ ਹੈ, ਇਹ ਅੰਗਰੇਜ਼ੀ ਤੋਂ ਪਿਛਾ ਨਹੀਂ ਆ ਰਹੇ ਔਰ ਪਿੰਡ ਦੇ ਮਰੀਜ਼ਾਂ ਦੇ ਕੋਲੋਂ ਇਹਨਾਂ ਨੂੰ ਬਦਬੂ ਆਉਂਦੀ ਹੈ। ਇਹ ਸਭ ਤੋਂ ਵੱਡਾ ਕਾਰਨ ਹੈ। ਮਰੀਜ਼ ਦੇ ਨਾਲ ਗੈਪ ਬਣਾ ਕੇ ਰੱਖਦੇ ਹਾਂ ਕਾਫੀ ਸਾਰਾ ਵਿੱਚ ਜਿਹੜਾ ਹੈਗਾ ਹੈ, ਲੈਂਗੁਏਜ ਦਾ, ਸ਼ਬਦਾਂ ਦਾ ਬਹੁਤ ਵੱਡਾ ਗੈਪ ਹੈ ਤੇ ਈਵਨ ਉਹਨਾਂ ਦੇ ਨਾਲ ਜਿਹੜਾ ਵਿਵਹਾਰ ਹੈਗਾ ਸੋਸ਼ਲ ਉਹਦਾ ਵੀ ਬਹੁਤ ਵੱਡਾ ਫਰਕ ਹੈ। ਉਹ ਮੈਂ ਇੱਕ ਦਿਨ ਆਰਟੀਕਲ ਇੱਕ ਲਿਖ ਰਿਹਾ ਸੀਗਾ ਕਿ ਇੱਕ ICU ਦੇ ਬਾਹਰ ਤੋਂ ਡਾਕਟਰ ਬਾਹਰ ਨਿਕਲਿਆ ਤੇ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਤੁਹਾਡੇ ਮਰੀਜ਼ ਦੀ ABG ਕਰਨੀ ਹੈ ਤੇ ਫਿਰ ਉਸ ਨੂੰ NIV ਲਾਉਣੀ ਹੈ ਤੇ ਸੈਂਟਰਲ ਵੀ ਲਾਉਣੀ ਹੈ ਤੇ ਮਰੀਜ਼ ਦਾ ਬੇਹੋਰ ਹੋ ਗਿਆ, ਬੇਹੋਸ਼ ਹੋ ਗਿਆ, ਉਹਨੂੰ ਪਤਾ ਨਹੀਂ ਲੱਗਿਆ। ABG ਦਾ ਮਤਲਬ ਸੀਗਾ ਕਿ ਉਹਦਾ ਖੂਨ ਟੈਸਟ ਕਰਨਾ, ਉਹਦੇ 'ਚ ਗੈਸ ਕਿੰਨੀ ਕਿਹੜੀਆਂ ਕਿਹੜੀਆਂ ਗੈਸਾਂ ਕਿੰਨੀਆਂ ਹੈਗੀਆਂ ਨੇ। NIV ਦਾ ਮਤਲਬ ਸੀਗਾ ਕਿ ਉਸ ਨੂੰ ਤੁਹਾਨੂੰ ਆਕਸੀਜਨ ਲਾਉਣੀ ਪੈਣੀ ਹੈ ਤੇ ਸੈਂਟਰ ਲਾਈਨ ਦਾ ਮਤਲਬ ਸੀਗਾ ਵੀ ਉਹਨੂੰ ਗੁਲੂਕੋਜ਼ ਲਾਉਣਾ ਪੈਣਾ। ਤੇ ਆਹ ਤੁਸੀਂ ਦੇਖੋ ਆ ਇਹ ਸਾਡੇ ਹਾਲਾਤ ਨੇ, ਸਾਡੇ ਮੈਂ ਕਹਿ ਰਿਹਾ ਐਜ਼ ਅ ਡਾਕਟਰ ਕਹਿ ਰਿਹਾ, ਇੰਨੀਆਂ ਬੇਈਮਾਨੀਆਂ ਡਾਕਟਰਸ ਕਰਦੇ ਆ, ਪੁੱਠੀ ਸਿੱਧੀ ਲੈਂਗੁਏਜ ਯੂਜ਼ ਕਰਦੇ ਆ ਔਰ ਮਰੀਜ਼ਾਂ ਨੂੰ ਲੁੱਟਦੇ ਆ। ਜੀ ਇਹਦੇ 'ਚ ਕੋਈ ਇਹਦੇ 'ਚ ਕੋਈ ਕੋਈ ਦੋਰਾਏ ਨਹੀਂ ਹੈ, ਪਰ ਕਿਉਂਕਿ ਇਹ ਸਾਰਾ ਕੁਝ ਸਰਕਾਰ ਦੇ ਸਾਹਮਣੇ ਹੋ ਰਿਹਾ ਜੀ, ਤੇ ਜੇ ਇਹਦਾ ਮਤਲਬ ਸਰਕਾਰ ਸੁੱਤੀ ਪਈ ਹੈ, ਬਲਕਿ ਸੁੱਤੀ ਪਈ ਕੀ ਹੈ ਤੁਹਾਡਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਦੱਸਿਆ ਕਿ ਭਗਵੰਤ ਮਾਨ ਜੀ ਰਿਪਬਲਿਕ ਡੇ ਦੇ ਉੱਤੇ ਇਹ ਡਿਕਲੇਅਰ ਕਰ ਰਹੇ ਹੈ ਕਿ ਮੇਰੀ ਵਾਈਫ 7 ਮਹੀਨੇ ਦੀ ਪ੍ਰੈਗਨੈਂਟ ਹੈਗੀ ਹੈ ਔਰ ਮੈਂ ਉਸਦਾ ਟੈਸਟ ਨਹੀਂ ਕਰਵਾਇਆ, ਬਹੁਤ ਛਾਤੀ ਠੋਕ ਕੇ ਕਹਿ ਰਹੇ ਹੈ। ਇਸ ਤੋਂ ਵੱਡੀ ਬੇਵਕੂਫੀ ਕੀ ਹੋ ਸਕਦੀ ਹੈ, ਇਸ ਤੋਂ ਵੱਡੀ ਤਰਾਸਦੀ ਕੀ ਹੋ ਸਕਦੀ ਹੈ, ਇਸ ਤੋਂ ਵੱਡਾ ਪੰਜਾਬ ਵਾਸਤੇ ਹੋਰ ਨਕੰਮਾਪਨ ਕੀ ਹੋ ਸਕਦਾ ਹੈ। ਇਹ ਵੀ ਹੋ ਸਕਦਾ ਉਹਨਾਂ ਨੇ ਇੱਕ ਮੈਸੇਜ ਦੇਣਾ ਚਾਹਿਆ ਹੋਵੇ ਲੋਕਾਂ ਨੂੰ ਕਿ ਮਤਲਬ ਇਸ ਪਾਸੇ ਨਾ ਜਾਣ ਕਿ ਅਸੀਂ ਕਰ ਰਹੇ ਹਾਂਗੇ। ਨਾ ਨਾ ਨਾ, ਉਹ ਕਹਿੰਦੇ ਸੀ ਛਾਤੀ ਰੋਕ ਕੇ ਕਹਿ ਰਹੇ ਹੈ ਕਿ ਮੈਂ ਪਤਾ ਨਹੀਂ ਕਰਾਇਆ ਤੇ ਮੈਂ ਕਰਵਾਉਣਾ ਵੀ ਹੈ ਨਹੀਂ। ਇਹਦਾ ਮਤਲਬ ਉਹ ਕਰਵਾ ਸਕਦੇ ਸੀ, ਹੋ ਸਕਦਾ ਕਰਵਾ ਵੀ ਲਿਆ ਹੋਵੇ, ਉਹਨਾਂ ਨੂੰ ਪਤਾ ਹੀ ਨਹੀਂ ਕਿ PCPNDT ਐਕਟ ਹੁੰਦਾ ਕੀ ਹੈ। ਜਦੋਂ ਕਿ PCPNDT ਐਕਟ ਇਹ ਕਹਿੰਦਾ ਹੈ ਕਿ ਮੁੰਡੇ ਕੁੜੀ ਬਾਰੇ ਤੁਸੀਂ ਗੱਲ ਜਿਹੜੀ ਹੈਗੀ ਹੈ ਬੱਚਾ ਜੰਮਣ ਤੋਂ ਪਹਿਲਾਂ ਵੀ ਨਹੀਂ ਕਰਨੀ ਕਿ ਮੁੰਡਾ ਚੰਗਾ ਕਿ ਕੁੜੀ ਚੰਗੀ ਹੈ। ਠੀਕ, ਸੋ ਇਹ ਹਾਲਾਤ ਨੇ ਸਾਡੇ ਜੀ। ਹਾਂਜੀ, ਸੋ ਡਾਕਟਰ ਦਲੇਰ ਸਿੰਘ ਮੁਲਤਾਨੀ ਸਾਹਿਬ, ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।